जी कैसे हो। आज आपां एक सवेरे वीडियो अपलोड करी आ, वह हैगी कैनेडा रिलेटेड, जरूर देखियो। तो अज जिहड़ी तारीख हैगी आ 14 दसंबर, 12 बज रहे नेगे। तो आपां अज भी कोई काफ़ी काम करने वाले नेगे, कई नेगे काम ऑर्गेनाइज करया होया आपां ने भी। हाँ भी अज की काम करने। तो सारे नालों पहला काम तो हैगा जिहड़ा गंद पै रख्या वा, रूम साफ करना हुण दिखा दिंदे आ। झाड़ू लाना पहले, खलारा पै खलारा पैदा सब तो पहले झाड़ू लाना। हाँ जी, तो यह काम कंप्लीट हो गया, रूम कर लिया साफ। तो हूँ आ गया नंबर काम दो। काम जो दो नंबर आता कर जाने ए टी एम कढ़वा के लिखना थोड़े जे पैसे। काम जो हो सकता है पेटीएम ना नहीं होना है, वह कहते भी सू कैश ही चाहिए। तो उस तो बाद दो तीन काम होर ने। एक मैं जो बैटरी का पता करके आना, जी बैटरी चेंज करवाने तुम दस फोन की भी बैटरी खराब आ, एक करके उन्हें पता लैपटॉप की बैटरी। तो चलो फिर लैपटॉप की बैटरी भुल गया ही, लैपटॉप की बैटरी भी लेके जानी है, क्योंकि उही दिखा के पता लगेगा भी कैसी लैनी है। ये है अपना एचपी का लैपटॉप। ਇੱਥੇ ਦੇਖਦੇ ਹਾਂ ਜੇ ਕੈਸ਼ ਮਿਲਿਆ, ਵੈਸੇ ਤਾਂ ਮਿਲ ਜਾਊਗਾ, ਚਾਂਸ ਪਰ ਕਈ ਵਾਰ ਘੱਟ ਹੀ ਹੁੰਦੇ ਆ। ਇੱਕ ਥੋੜ੍ਹਾ ਜਿਹਾ ਕੈਸ਼ ਕਢਵਾਇਆ ਹੁਣ ਆਈ ਚੋਂ, ਪੰਜਾਬ ਐਂਡ ਸਿੰਧ ਬੈਂਕ ਦੇ ਏ ਟੀ ਐਮ ਚੋਂ। ਉੱਧਰ ਯਾਰ ਬੜੀ ਲਿਮਿਟ ਜੀ ਸੀਗੀ, ਇੱਥੇ ਫਿਰ ਉਹਨੂੰ ਕਢਵਾਇਆ ਥੋੜ੍ਹਾ ਕੁ ਕੈਸ਼, ਬਸ ਚੱਲਦੇ ਹਾਂ ਘਰੇ। ਚਲ ਕਢਵਾ ਲਿਆ ਯਾਰ, ਇੱਕ ਹੋਰ ਕੰਮ ਹੈਗਾ ਜਲਦੀ ਜ਼ਰੂਰੀ, ਬਾਹਰ ਖੜਾ ਬੰਦਾ ਦਿਖਾਉਣਾ ਤੁਹਾਨੂੰ।
ਹਾਂਜੀ ਪੇਟ ਪੂਜਾ ਹੋ ਗਈ ਆ ਹੁਣ ਸੈਕਿੰਡ ਕੰਮ ਸੀ ਜਿਹੜਾ ਉਹ ਵੀ ਆਪਣਾ ਕੰਪਲੀਟ ਹੋ ਗਿਆ ਏਟੀਐਮ 'ਚ ਜਿਹੜੇ ਪੈਸੇ ਕਢਾਉਣੇ ਸੀ ਕਢਾ ਲੈਂਦੇ ਅਤੇ ਹੁਣ ਇਹ ਲੈ ਕੇ ਜਾਣੇ ਆਪਾਂ ਇਹਨਾਂ ਨੂੰ ਕਰਵਾਉਣਾ ਐਕਸਚੇਂਜ ਇਹਨਾਂ ਦੇ ਬਦਲੇ ਮਤਲਬ ਕਿ ਡਾਲਰ ਲੈ ਕੇ ਆਉਣੇ ਆ ਡਾਲਰ ਅਤੇ ਉਹ ਵੀ ਪਹਿਲਾਂ ਮੈਂ ਸੋਚ ਰਿਹਾ ਮੈਂ ਵੀ ਬੈਗ ਲੈ ਜਾਵਾਂ ਕਿਉਂਕਿ ਵੈਸੇ ਤਾਂ ਕੈਸ਼ ਹੀ ਚਾਹੀਦਾ ਜੀ ਉਹ ਕਹਿੰਦੇ ਵੀ 50,000 ਤੋਂ ਤੁਹਾਡੇ ਕੈਸ਼ ਵਾਲਾ ਕਰਦੇ ਆਪਾਂ ਤਾਂ ਕੈਸ਼ 'ਚ ਪੈਸੇ ਚਾਹੀਦੇ ਤਾਂ ਆਪਾਂ ਕੈਸ਼ ਕਢਵਾ ਕੇ ਲੈ ਕੇ ਆਏ ਹਾਂ ਅਤੇ ਦੇਖਦੇ ਐਕਸਚੇਂਜ ਰੇਟ ਕੀ ਮਿਲਦਾ ਵਾ ਅਤੇ ਆਪਾਂ ਬੈਗ ਲੈ ਕੇ ਚੱਲਾਂਗੇ ਜਿਹ 'ਚ ਪਾ ਕੇ ਲੈ ਕੇ ਆਵਾਂਗੇ ਡਾਲਰ ਠੀਕ ਆ ਚੱਲ ਇਹ ਹੈਗਾ ਆਪਣਾ ਬੈਗ ਚੱਲਦੇ ਅਤੇ ਵੈਸੇ ਪਹਿਲਾਂ ਤਾਂ ਮੈਂ ਕੱਢਣਾ ਨਹੀਂ ਸੀਗਾ ਪਰ ਇਹਦੀ ਜਿਹੜੀ ਆ ਜਿੱਪ ਥੋੜ੍ਹੀ ਜਿਹੀ ਤਿੱਖੀ ਆ ਤਾਂ ਉਹ ਮੈਂ ਪੁੱਛਿਆ ਸੀਗਾ ਉਹ ਕਹਿੰਦੇ ਵੀ ਚਲਾ ਕੇ ਹੋਊਗੀ ਸਹੀ ਜੇ ਤੁਸੀਂ ਯੂਜ਼ ਕਰੋਗੇ ਤਾਂ ਚੱਲ ਮੈਂ ਸੋਚਿਆ ਵੀ ਯੂਜ਼ ਕਰ ਲਈਏ ਠੀਕ ਹੋ ਜੂ ਠੀਕ ਆ ਅਤੇ ਇਹ ਪਾ ਲਵਾਂਗੇ ਕੈਸ਼ ਦੇ ਵਿੱਚ ਆ ਕੇ ਦਿਖਾਉਣਾ ਵੈਸੇ ਇੱਕ ਚੀਜ਼ ਤਾਂ ਪਹਿਲਾਂ ਵੀ ਸੀਗੀ ਚਲੋ ਹਾਂਜੀ ਆਪਣੇ ਨਾਲ ਕੈਸ਼ ਕਿੱਥੇ ਆ ਇਹ ਲੈ ਚੱਲੀਏ ਫਿਰ ਚੱਲਦੇ ਹਾਂ ਜੋ ਆਪਾਂ ਕਰਵਾ ਕੇ ਲੈ ਕੇ ਆਉਂਦੇ ਹਾਂ ਕਰੰਸੀ ਐਕਸਚੇਂਜ ਨਵਾਂ ਲਿਆਂਦਾ ਮੁੰਡੇ ਨੇ ਮੋਬਾਇਲ ਪਾਰਟੀ ਹੋ ਗਈ ਕੀ ਆਹਾ ਤਾਂ ਨਵਾਂ ਹੀ ਆ ਕੀ ਖਵਾਏਗਾ ਕੁਲਚਾ ਕਿੱਥੋਂ ਡੀ ਏ ਵੀ 'ਚੋਂ ਖਵਾਊਗਾ ਨਾ ਡੀ ਏ ਵੀ ਤੋਂ ਡੀ ਏ ਵੀ ਦਾ ਪਟਿਆਲੇ ਦਾ ਫੇਮਸ ਕੁਲਚਾ ਖਵਾਉਣ ਚੱਲਿਆ ਫਿਰ ਉਹਨਾਂ ਇਹ ਤਾਂ ਹੋਇਆ ਨੀਗਾ ਕੰਮ ਪੌਲ ਮਰਚੈਂਟ ਕਹਿੰਦਾ ਹੈ ਨੀਗਾ ਡਾਲਰ ਪੌਲ ਜੀ ਨੂੰ ਪੌਲ ਮਰਚੈਂਟ ਕਹਿੰਦੇ ਹੈ ਨੀਗੇ ਡਾਲਰ ਤੁਹਾਡੇ ਲਈ ਸਪੈਸ਼ਲ ਬਣਵਾ ਕੇ ਕੱਲ੍ਹ ਨੂੰ ਦੇਵਾਂਗੇ ਅਸੀਂ ਹੁਣ ਤਾਂ ਕਹਿੰਦੇ ਕੈਨੇਡੀਅਨ ਡਾਲਰ ਖਤਮ ਹੋ ਗਏ ਨੇਗੇ ਅਤੇ ਫਿਰ ਕੱਲ੍ਹ ਨੂੰ ਹੋਣਾ ਪੈਣਾ ਉਹਨਾਂ ਆਹ ਬੈਗ ਚੱਕਿਆ ਸੀਗਾ ਸਪੈਸ਼ਲ ਟੋਮੀ ਦਾ ਬੈਗ ਚੱਕਿਆ ਸੀਗਾ ਪਰ ਕੱਲ੍ਹ ਨੂੰ ਕਰਨਾ ਪੈਣਾ ਦੋ ਨੰਬਰ ਕੰਮ ਮਤਲਬ ਕਿ ਪੋਸਟਪੋਨ ਕਰ ਦਿੱਤਾ ਜਾਂਦਾ ਹੁਣ ਤਿੰਨ ਨੰਬਰ ਕੰਮ 'ਤੇ ਸ਼ਿਫਟ ਕਰਾਂਗੇ ਅੰਦਰਲੇ ਬਾਜ਼ਾਰ ਹੈ ਹੁਣ ਕੱਢਦਾ ਸੀ ਇੱਥੋਂ ਇਹਨਾਂ ਦੇ ਰੇਟ ਸਹੀ ਸੀਗਾ ਲੈਪਟੋਪ ਮਾਸਟਰ ਵਾਲਿਆਂ ਦੇ ਬਾਕੀ ਦਾ ਐਵੇਂ ਸੀਗਾ ਇੱਥੇ ਮਿਲ ਰਹੀ ਹੈ ਕੰਪੈਟੇਬਲ ਬੈਟਰੀ ਜਿਹੜੀ ਆ 12,000 ਰੁਪਏ ਦੀ ਮਿਲ ਰਹੀ ਆ ਅਤੇ ਓਰੀਜਨਲ ਹੈਗੀ 2,000 ਦੀ ਅੱਧੇ ਤਾਂ ਕਹਿ ਰਹੇ ਨੇ ਓਰੀਜਨਲ ਮਿਲਦੀ ਵੀ ਨਹੀਂ ਗੀ ਲੈਪਟੋਪ ਲੈ ਕੇ ਆਵਾਂਗੇ ਫਿਰ ਉਹ 'ਚ ਪਾ ਕੇ ਦੇਖਦੇ ਹਾਂ ਬੈਟਰੀ ਵੀ ਸਹੀ ਚੱਲੀ ਜਾਂ ਨਹੀਂ ਫਿਰ 1200 ਦੀ ਲੈ ਲਾਂਗੇ ਦੂਜਾ ਤੀਜਾ ਕੰਮ ਵੀ ਡਨ ਹੁਣ ਆਪਾਂ ਲੈ ਕੇ ਆਉਣਾ ਮੋਬਾਈਲ ਦਾ ਪਤਾ ਕਰਨਾ ਮੋਬਾਈਲ ਦੀ ਬੈਟਰੀ ਦਾ ਕੱਢ ਲਾ ਆਰ ਆ ਜਾਂਦਾ ਨਾਭੇ ਨੂੰ ਆ ਜਾਂਦਾ ਪਟਿਆਲੇ ਨੂੰ ਇੱਧਰੋਂ ਉਹ ਰਿਹਾ ਪਟਿਆਲੇ ਦਾ ਫੇਮਸ ਕੁਲਚੇ ਵਾਲਾ ਪਲੇਟ ਇੱਧਰੋਂ ਕਰਵਾ ਲਾ ਕੁਲਚਾ ਵਿਦ ਪਰਫੈਕਟ ਵਿਊ ਇਹਨੂੰ ਮੇਰਾ ਦੌਰ ਹੀ ਪਹਿਲਾਂ ਟਰਾਇ ਆ ਮਤਲਬ ਆਪ ਵੀ ਵੈਸੇ ਵੀ ਘੱਟ ਹੀ ਕਰਦੇ ਇੱਕ ਵਾਰੀ ਕੀ ਤਾਂ ਪਰ ਨਮਕ ਤੇ ਇਮਲੀ ਵਾਲਾ ਟੇਸਟ ਜ਼ਿਆਦਾ ਓਵਰਆਲ ਕਿੰਨੇ ਕੁ ਦਿਨ ਦੇਖ ਲਓ 5 ਚੋਂ ਕਿੰਨੇ ਦਿਨ ਰੇਟਿੰਗ ਨਹੀਂ ਮੈਂ ਪੁੱਛ ਰਿਹਾ ਕਿੰਨੇ 20 ਰੁਪਏ ਦੀ ਪਲੇਟ ਹੈ ਫਿਰ ਤਾਂ ਮੇਰੀ 1.5 ਦਿਨ
ਉਲਚਾ ਲਾਈਨ ਵਾਲੀ ਲੰਬੀ ਹੋਈ ਨਾ ਹਾਂ ਬੰਦੇ ਬਹੁਤ ਆਉਂਦੇ ਇੱਕ ਤਾਂ ਲਾਈਨ ਬਹੁਤ ਲੰਬੀ ਹੈ ਉਹਦੇ ਕੋਲ ਤੋਂ ਮਟੀਰੀਅਲ ਪਰ ਐ ਵੀ ਮੌਕੇ ਤੇ ਬਣਾਉਂਦਾ ਵਾ ਕੋਲਚਾ ਖਾ ਕੇ ਦੱਸ ਮੈਨੂੰ ਖਾ ਕੇ ਦੱਸ ਫਿਰ ਕਿਵੇਂ ਆ ਤੇਰਾ ਅੱਧੇ ਬੰਦੇ ਗਿਰਨੇ ਆਉਂਦੇ ਵੀ ਆਹਾ ਨਹਿਰ 'ਚ ਸੀਟਿੰਗ ਤਾਂ ਸਾਡੀ ਚੱਕਦੀ ਉੱਥੋਂ ਸਾਨੂੰ ਹੁਣ ਖੜ ਕੇ ਖਾਣਾ ਪੈਣਾ ਕੀ ਰਿਵਿਊ ਸਿਰਾ ਠੀਕ ਆ ਮੈਂ ਵੀ ਖਾ ਕੇ ਦੱਸਦਾ ਬਾਅਦ 'ਚੋਂ ਕੁਲਚਾ ਘੰਟਾ ਸਵਾਦ ਆ ਮੈਨੂੰ ਤਾਂ ਲੱਗਿਆ ਆਪਣੇ ਮੈਨੂੰ ਤਾਂ ਸਵਾਦ ਲੱਗਿਆ ਵੀ ਮਤਲਬ ਕਿ ਠੀਕ ਆ ਮਸਾਲਾ ਮਸੂਲਾ ਵਾਲਾ ਨਹੀਂ ਪਾਇਆ ਜਿਵੇਂ ਪਹਿਲਾਂ ਉਹਨੇ ਪਾਇਆ ਸੀਗਾ ਉਹਦੇ ਨਾਲ ਤਾਂ ਵਧੀਆ ਪੱਚੀਆਂ ਦਾ ਵਾ ਨਾਲੇ ਵੱਡੇ ਵਾਲਾ ਠੀਕ ਆ 25 ਦੇ ਹਿਸਾਬ ਨਾਲ ਯਾਰ